सत श्री अकाल दोस्तों, कुछ ही दिन पहला पंजाब तो कनेडा गई एंजल शर्मा नूं। कनेडा च रहिंदे अपने ही पंजाबी भरा इस कदर ट्रोल कर रहे ने, इस कदर कुड़ी दी इंसल्ट कर रहे ने कि जिद्दां एंजल शर्मा ने पता नहीं किन्ना क वड्डा जुर्म करता होवे। कोई कहिंदा इहदे दंद विंगे ने, कोई कहिंदा इहदी शक्ल नहीं सोहणी, कोई कहिंदा इह सिधरी है, ते कोई कहिंदा इहनूं बोलण दा नहीं पता। इह सारियां गल्लां कुड़ी नूं अपने ही पंजाबी भरा जो पहलां कनेडा गए ने उह सारे कह रहे ने। तां कुड़ी दा मजाक बनाउण वालियां नूं इक मुंडे ने बहुत सोहणा रिप्लाई दित्ता है, ते तुसीं अगे वीडियो भी देख सकते हो। कुड़ी एंजल प्रीत जतन दी कनेडा गई ना, उन्हें कई जीबा कटा रखिया, हल्के कुत्ते वांगू दे मगर पे यार। तुहाड़ी कम्यूनिटी नूं कोई माड़ा मैसेज दिंदा नंग तलंग करदा उन्हूं रोको। ਜਿਹੜਾ ਵੀ ਆਪਣੀ ਵੀਡੀਓ ਬਣਾ ਰਿਹਾ, ਕੋਈ ਖੁਸ਼ੀ ਹੋਈ ਕਰ ਰਿਹਾ ਵਾ, ਉਹਨੂੰ ਕਰੀ ਜਾਣ ਦਿਓ। ਜਿਹੜੀਆਂ ਬੁੜੀਆਂ ਸਾਰਾ ਦਿਨ ਨੈੱਟ ਤੇ ਬੈਠੇ ਗਾਲਾਂ ਕੱਢਦੀਆਂ ਨਾ, ਉਹਨਾਂ ਨੂੰ ਤੁਸੀਂ ਕੋਈ ਨੀ ਵੀਡੀਓ ਪਾਉਂਦੇ, ਪਤਾ ਉਹਨਾਂ ਨੇ ਮਾਂ ਭੈਣ ਕਿਉਂ ਕਰਨੀ। ਆ ਮੁੰਡੇ ਸਾਰਾ ਦਿਨ ਗੰਦ ਪਾ ਕਰਿਆ ਲਾਈਫ 'ਚ ਬਹਿ ਕੇ, ਉਹਨਾਂ ਨੂੰ ਕੋਈ ਨੀ ਰੋਕਦਾ, ਪਤਾ ਅੱਗੇ ਵੀ ਓਦਾਂ ਦੀਆਂ ਹੋਣੀਆਂ। ਉਹ ਕੁੜੀ ਵਿਚਾਰੀ ਕਹਿਣ ਨੂੰ ਆਈ ਆਪਣੇ ਭਰਾ ਕੋਲ, ਉਹਨੂੰ ਜ਼ਿੰਦਗੀ ਜਿਉਣ ਦਿਓ, ਹੱਸੋ ਖੇਡੋ। ਤੁਸੀਂ ਸਾਰੇ ਉਹਦੀ ਬੇਇੱਜ਼ਤੀ ਕਰਨ ਲੱਗੇ ਹੋਏ ਆ, ਪਤਾ ਨਹੀਂ ਹੁੰਦਾ ਉਸਤਾਦ ਕਿਹਨੇ ਕਿਹੜੀ ਗੱਲ ਦਿਲ ਤੇ ਲਾ ਲੈਣੀ ਆ, ਕੀ ਹੋ ਜਾਣਾ। ਫਿਰ ਤੁਸੀਂ ਤਾਂ ਸਿੰਪਤੀ ਲੈਂਦੇ ਪੈਣਾ, ਭੈਣੇ ਮਜ਼ਾਕ ਕਰਦੇ ਜੇ ਵੋ। ਯਾਰ ਆਪਣਾ ਵੀ ਟੈਲੈਂਟ ਰੱਖੀ ਦਾ ਹੁੰਦਾ, ਆਪਣੇ ਕੋਈ ਜਜ਼ਬਾਤ ਵੀ ਚੰਗੀ ਚੀਜ਼ ਬਣਾਓ। ਸਟ੍ਰੈਸ ਆਲਰੇਡੀ ਬਹੁਤ ਆ ਲੋਕਾਂ ਦੀ ਜ਼ਿੰਦਗੀ 'ਚ, ਹੋਰ ਨਾ ਵਧਾਓ ਇਹਨੂੰ। ਤੁਸੀਂ ਆਪਣੀ ਕਮਿਊਨਿਟੀ ਦੇ ਲੋਕਾਂ ਦੀ, ਆਪਣੇ ਬੰਦਿਆਂ ਦੀ ਬੇਇੱਜ਼ਤੀ ਕਰਕੇ ਫੇਮ ਲੈ ਰਹੇ, ਸ਼ਰਮ ਨਹੀਂ ਹੁੰਦੀ ਯਾਰ। ਹਾਂਜੀ ਦੋਸਤੋ, ਜਦੋਂ ਵੀ ਕੋਈ ਨਵਾਂ ਵਿਦੇਸ਼ ਜਾਂਦਾ ਹੈ ਤਾਂ ਉਹਨੂੰ ਉੱਥੋਂ ਦੇ ਕਾਨੂੰਨ ਨਹੀਂ ਪਤਾ ਹੁੰਦੇ, ਜਾਂ ਉੱਥੋਂ ਦਾ ਰਹਿਣਾ ਸਹਿਣਾ ਉਸ ਕਦਰ ਨਹੀਂ ਪਤਾ ਹੁੰਦਾ, ਤਾਂ ਉਹ ਸ਼ੁਰੂਆਤ 'ਚ ਐਵੇਂ ਦੀਆਂ ਭੋਲੀਆਂ ਗੱਲਾਂ ਕਰਦਾ ਏ। ਪਰ ਤੁਹਾਡੇ ਹਿਸਾਬ ਨਾਲ ਕੀ ਪੁਰਾਣੇ ਪੰਜਾਬੀਆਂ ਨੂੰ ਇਸ ਤਰ੍ਹਾਂ ਕੁੜੀ ਨੂੰ ਟ੍ਰੋਲ ਕਰਨਾ ਸਹੀ ਹੈ? ਆਪਣੇ ਵਿਚਾਰ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸੋ।